ਮੈਂ ਗੁਰਪ੍ਰੀਤ ਪੰਗੂ ਜੀ ਹੋਰਾਂ ਨੂੰ ਕਹਾਂਗਾ ਕਿ ਉਹ ਸਾਡੇ ਉਚੇਚੇ ਪ੍ਰਾਹੁਣੇ ਦੇ ਤੌਰ ਤੇ ਆਪਣੇ ਪਿਆਰ ਭਰੇ ਵਿਚਾਰ ਸਾਡੇ ਨਾਲ ਸਾਂਝੇ ਕਰਨ, ਤੁਹਾਡੇ ਸਾਰਿਆਂ ਦੀਆਂ ਤਾੜੀਆਂ ਚ, ਖੁੱਲੀਆਂ ਤਾੜੀਆਂ ਚ, ਐਵੇਂ ਜਾਗ ਬਹੁਤ ਥੋੜੇ ਜਿਹੇ, ਏਡਾ ਕਿਹੜਾ ਕੀ ਬਹੁਤ। ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ। ਮੈਂ ਬਹੁਤ ਭਾਵੁਕ ਹਾਂ। ਪਹਿਲਾਂ ਤਾਂ ਮੇਰੇ ਧੰਨ ਭਾਗ ਕਿ ਮੈਂ ਆਪਣੀ ਧਰਤੀ ਤੇ ਪੈਰ ਪਾਇਆ, ਜਿਹੜੇ ਇੰਨਾ ਸਾਲਾਂ ਤੋਂ ਅਸੀਂ ਤੜਪਦੇ ਰਹੇ ਤੇ ਅਸੀਂ ਆਪਣੀ ਅਰਦਾਸ 'ਚ ਵੀ ਇਹੀ ਕਹਿੰਦੇ ਰਹੇ ਕਿ ਬਾਬਾ ਨਾਨਕ ਅਸੀਂ ਉੱਥੇ ਚੱਲੀਏ। ਸੋ ਤੁਹਾਡੇ ਸਾਰਿਆਂ ਦੇ ਧੰਨ ਭਾਗ ਕਿ ਤੁਸੀਂ ਸਾਨੂੰ ਬੁਲਾ ਕੇ ਇੰਨਾ ਮਾਣ ਬਖਸ਼ਿਆ, ਇੰਨੀ ਮੁਹੱਬਤ ਦਿੱਤੀ ਅਤੇ ਅਸੀਂ ਸਦਾ ਹੀ ਇਹਦੇ ਲਈ ਤੁਹਾਡੇ ਰਿਣੀ ਰਵਾਂਗੇ। ਆਪਾਂ ਇਕੱਠੇ ਹੋਏ, ਮੈਂ ਤਾਂ ਇੱਕੋ ਗੱਲ ਹੋਰ ਸਾਂਝੀ ਕਰ ਰਹੀ ਹਾਂ ਕਿ ਬਹੁਤ ਦੇਰ ਤੋਂ ਅਸੀਂ ਜਿਹੜੇ ਉਸੇ ਪੰਜਾਬ 'ਚ ਇਕੱਠੇ ਸੀ, ਤੁਸੀਂ ਸਾਨੂੰ ਵਿਛੜਿਆਂ ਨੂੰ ਮਿਲਵਾਤਾ, ਇੱਥੇ ਬਹੁਤ ਸਾਰੇ ਅਸੀਂ ਇਕੱਠੇ ਹੋਏ ਹਾਂ। ਪੰਜਾਬੀ ਮਾਂ ਬੋਲੀ ਮਾਖਿਓ ਮਿੱਠੀ, ਇਹਦੇ ਬਾਰੇ ਹਮੇਸ਼ਾ ਹੀ ਕਹਿੰਦੇ ਹਾਂ ਕਿ ਮਾਂ ਬੋਲੀ ਨੂੰ ਭੁੱਲ ਜਾਓਗੇ, ਕੱਖਾਂ ਵਾਂਗੂ ਰੁਲ ਜਾਓਗੇ ਅਤੇ ਅਸੀਂ ਕੱਖ ਨਹੀਂ ਬਣਨਾ, ਅਸੀਂ ਰੁਲਣਾ ਨਹੀਂ। ਮਾਣ ਮਹਿਸੂਸ ਹੋ ਰਿਹਾ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਜਸਵੰਤ ਜਫਰ ਜੀ, ਜਿਨ੍ਹਾਂ ਨੂੰ ਹਮੇਸ਼ਾ ਮੈਂ ਸੁਣਦੀ ਰਹਿੰਦੀ ਹਾਂ। ਸਾਡੇ ਪੰਜਾਬ ਦਾ ਮਾਣ, ਦੋਨੇ ਪੰਜਾਬਾਂ ਦਾ ਮਾਣ, ਤੁਸੀਂ ਸਾਰਿਆਂ ਨੇ ਸਾਨੂੰ ਬਹੁਤ ਮੁਹੱਬਤ ਕੀਤੀ। ਕੱਲ੍ਹ ਅਸੀਂ ਆਏ ਹਾਂ ਅਤੇ ਮੈਨੂੰ ਲੱਗਦਾ ਹੀ ਨਹੀਂ ਕਿ ਅਸੀਂ ਕਦੇ ਪਹਿਲਾਂ ਮਿਲੇ ਨਹੀਂ ਸੀ ਜਾਂ ਇੱਥੇ ਕਦੇ ਆਏ ਨਹੀਂ ਸੀ। ਇੰਨੀ ਮੁਹੱਬਤ, ਇੰਨਾ ਪਿਆਰ, ਇੰਨਾ ਸਤਿਕਾਰ, ਸ਼ਾਇਦ ਕੋਈ ਚੰਗੇ ਕਰਮ ਕੀਤੇ ਸੀ ਕਿ ਆਪਾਂ ਦੀ ਗਲਵੱਕੜੀ ਪੈ ਗਈ। ਮੈਂ ਇਹੀ ਦੁਆ ਕਰਦੀ ਹਾਂ ਕਿ ਇਹ ਗਲਵੱਕੜੀ ਹਮੇਸ਼ਾ ਪਵੇ ਅਤੇ ਇਹ ਕਾਨਫਰੰਸਾਂ ਹੁੰਦੀਆਂ ਰਹਿਣ ਅਤੇ ਅਸੀਂ ਹਰੇਕ ਸਾਲ ਤੁਹਾਡੇ ਦਰਸ਼ਨ ਕਰਨ ਅਤੇ ਤੁਹਾਨੂੰ ਪਿਆਰ ਮੁਹੱਬਤ ਕਰਨ ਦੁਬਾਰਾ ਇਸ ਧਰਤੀ 'ਤੇ ਵਾਰ ਵਾਰ ਆਉਂਦੇ ਰਹੀਏ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਹੱਬਤਾਂ, ਪਿਆਰ, ਸਤਿਕਾਰ। ਥੈਂਕ ਯੂ।